ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਆਹ ਟ੍ਰੇਨ ਇੰਗਲੈਂਡ ਦੇ ਵਿੱਚ ਲਿੰਟਨ ਸ਼ਹਿਰ ਵਿੱਚ ਪਾਣੀ 'ਤੇ ਚੱਲਣ ਵਾਲੀ ਟ੍ਰੇਨ ਵਾ ਜੀ, ਸਭ ਤੋਂ ਉੱਚੀ ਜਗ੍ਹਾ 'ਤੇ ਚੱਲਣ ਵਾਲੀ ਇਹ ਪਾਣੀ ਵਾਲੀ ਟ੍ਰੇਨ ਵਾ। ਇਹ 1887 ਦੇ ਵਿੱਚ ਇਹਦਾ ਕੰਮ ਸ਼ੁਰੂ ਹੋਇਆ ਸੀਗਾ। 1890 ਵਿੱਚ ਇਹ ਐਨ ਰੈਡੀ ਹੋ ਗਈ ਸੀਗੀ ਅਤੇ 7 ਅਪ੍ਰੈਲ ਇਹ ਸਟਾਰਟ ਕਰਕੇ ਚਲਾ ਦਿੱਤੀ ਗਈ ਆ ਜੀ। ਪਹਿਲੀ ਟ੍ਰੇਨ ਆ ਜਿਹੜੀ ਪਾਣੀ 'ਤੇ ਚੱਲਦੀ ਆ ਜੀ। ਆਪਾਂ ਤਾਂ ਪਹਿਲਾਂ ਕਈ ਕੁਛ ਦੇਖਿਆ, ਤਰੱਕੀ ਹੋ ਗਈ, ਦੇਖ ਲਓ ਕਿੰਨੇ ਚਿਰ ਪਹਿਲਾਂ ਦੀ ਤਰੱਕੀ ਹੋਈ ਉਹ ਆ। ਅਤੇ ਜਿਹੜੇ ਫੋਨ ਫਾਨ ਤਾਂ ਹੁਣ ਆਏ ਆ, 133 ਸਾਲ ਹੋ ਗਏ ਆ ਇਹਨੂੰ ਚੱਲਦੀ ਨੂੰ। ਅਤੇ ਜੇ 3 ਸਾਲ ਉਹ ਵੀ ਵਿੱਚ ਜਦੋਂ ਇਹਨੂੰ ਤਿਆਰ ਕਰਨ ਨੂੰ ਲੱਗੇ ਆ, ਅਤੇ 136 ਸਾਲ ਹੋ ਗਏ ਆ ਜੀ ਟ੍ਰੇਨ ਇਹਨੂੰ ਚੱਲਦੀ ਨੂੰ। ਲਿਉਟਨ ਸ਼ਹਿਰ ਆ, ਘੁੰਮਣ ਵਾਲੀ ਜਗ੍ਹਾ ਆ, ਗਾਹਾਂ ਤੁਹਾਨੂੰ ਸਾਹਮਣੇ ਬੀਚ ਦੀਦੀ ਆ, ਅਤੇ ਸਾਰੇ ਜਾਣੇ ਇਹਦੇ ਵਿੱਚ ਬੈਠ ਕੇ ਥੱਲੇ ਜਾਂਦੇ ਆ। ਪਹਿਲਾਂ ਇਹਨੂੰ ਸਮਾਨ ਢੋਣ ਲਈ ਯੂਜ਼ ਕੀਤਾ ਜਾਂਦਾ ਸੀਗਾ ਥੱਲੇ ਨੂੰ। ਜਿਨ੍ਹਾਂ ਨੇ ਬਣਾਈ ਆ ਸਾਰਾ ਕੁਛ, ਤੁਹਾਨੂੰ ਮੈਂ ਇਹਦੀ ਹਿਸਟਰੀ 'ਤੇ ਵੀ ਇੱਕ ਵਾਰੀ ਸਾਰੀ ਵੀਡੀਓ ਮੈਂ ਪੜ੍ਹੀ ਆ, ਅਤੇ ਉਹਦੇ ਬਾਰੇ ਵੀ ਤੁਹਾਨੂੰ ਦੱਸੂੰਗਾ ਕਿਹਨੇ ਇਹ ਤਿਆਰ ਕੀਤੀ ਆ। ਦੇਖੋ ਲੱਗ ਕਿੱਦਾਂ ਲੋਕ ਸੈਰ ਕਰਦੇ ਆ, ਕਿਹਨੇ ਇਹਨੇ ਤਿਆਰ ਕੀਤੀ ਆ, ਕਿਹੜੇ ਵਿਗਿਆਨੀ ਨੇ, ਕਿਹੜਾ ਜਿਹੜਾ ਉੱਥੇ ਦਾ ਪਾਰਲੀਮੈਂਟ ਦਾ ਸੀਗਾ, ਮਤਾ ਕਿੱਦਾਂ ਪਾਸ ਹੋਇਆ, ਸਾਰਾ ਕੁਛ ਉਹਦੇ ਬਾਰੇ ਤੁਹਾਨੂੰ ਦੱਸੂੰਗਾ। ਅਤੇ ਹੁਣ ਤੁਸੀਂ ਜੇ ਕਿਸੇ ਨੇ ਵੀ ਆਉਣਾ ਇੰਗਲੈਂਡ 'ਚ ਲਿਉਟਨ ਸ਼ਹਿਰ ਆ, ਅਤੇ ਸਾਰਾ ਹੀ ਏਰੀਆ ਇਹ ਘੁੰਮਣ ਲਈ ਸੈਰ ਸਪਾਟੇ ਲਈ ਬਣਾਇਆ ਗਿਆ ਆ। ਜਿਹਨੇ ਸੋਚਿਆ ਵੀ ਸੀਗਾ ਬਣਾਇਆ, ਜਦੋਂ ਉਹਨੇ ਸਾਰੇ ਹੀ ਲਾਗੇ ਲਾਗੇ ਦੀ ਜ਼ਮੀਨ ਵੀ ਖਰੀਦ ਲਈ ਸੀਗੀ ਬੰਦੇ ਨੇ। ਅਤੇ ਆਪਾਂ ਵੀ ਜਦੋਂ ਉੱਤਰ ਗਏ ਯਾਤਰੀ, ਸਾਰੇ ਜਾਣੇ ਵਿੱਚ ਬੈਠਣ ਲੱਗੇ ਆ, ਅਤੇ ਆਪਾਂ ਵੀ ਥੱਲੇ ਨੂੰ ਚੱਲੇ ਆ ਹੁਣ, ਅਤੇ ਥੱਲੇ ਜਾ ਕੇ ਦੇਖਦੇ ਆ ਕੀ ਆ ਕਿੱਦਾਂ ਆ। ਅਤੇ ਬਹੁਤ ਵਧੀਆ ਆ ਜੀ, ਜੇ ਘੁੰਮਣ ਨੂੰ ਜਾਣਾ ਆ ਤਾਂ ਬਹੁਤ ਵਧੀਆ ਇੰਗਲੈਂਡ 'ਚ ਆ। ਇਹਨੂੰ ਮਿੰਨੀ ਸਵਿਟਜ਼ਰਲੈਂਡ ਕਹਿੰਦੇ ਆ, ਲਿਟਲ ਸਵਿਟਜ਼ਰਲੈਂਡ ਕਹਿੰਦੇ। ਜਦੋਂ ਤੁਸੀਂ ਲਿਉਟਨ ਦਾ ਇਹਦਾ ਟ੍ਰੇਨ ਦਾ ਵੀ ਕਰੂੰਗੇ, ਫੁੱਲੀ ਵਾਟਰਪਰੂਫ ਟ੍ਰੇਨ ਆ, ਪਾਣੀ 'ਤੇ ਚੱਲਦੀ ਹੈ ਜੀ। ਦੇਖ ਲਓ ਕਿੰਨੇ ਤਕੜੇ ਇੰਜੀਨੀਅਰ ਸੀਗੇ ਉਦੋਂ ਵੀ, ਜਿਨ੍ਹਾਂ ਨੇ ਪਾਣੀ 'ਤੇ ਟ੍ਰੇਨ ਚਲਾਤੀ ਆ, ਦੁਨੀਆ ਦੀ ਪਹਿਲੀ। ਅਤੇ ਇਹਨੂੰ ਕਈ ਅਵਾਰਡ ਵੀ ਮਿਲੇ ਆ, ਜਿਹੜੇ ਇਹਨੂੰ ਅਵਾਰਡ ਮਿਲੇ ਆ ਸਾਰੇ ਹੀ। ਅਤੇ ਸਾਰਾ ਕੁਛ ਇਹਦੀ ਹਿਸਟਰੀ ਬਾਰੇ ਤੁਹਾਨੂੰ ਦੱਸੂਗਾ, ਕਿੱਦਾਂ ਕਿੱਦਾਂ ਬਣੀ ਆ, ਕਿਹਨੇ ਬਣਾਈ ਆ, ਸਾਰਾ ਕੁਛ ਮੈਂ ਇਹਦਾ ਪੜ੍ਹਿਆ ਆ। ਤਾਂ ਵਧੀਆ, ਹੁਣ ਤਾਂ ਤੁਸੀਂ ਘੁੰਮਣ ਲਈ ਆਓ ਤਾਂ ਜ਼ਰੂਰ ਦੇਖਿਓ। ਇੰਗਲੈਂਡ ਦੇ ਵਿੱਚ ਲਿਉਟਨ ਸ਼ਹਿਰ ਆ, ਅਤੇ ਨਾਲ ਪਹਾੜੀਆਂ, ਬਹੁਤ ਬਹੁਤ ਜ਼ਿਆਦੀਆਂ ਪਹਾੜੀਆਂ ਇੱਥੇ ਜਿੱਥੇ ਮੈਂ ਪਿੱਛੇ ਘੁੰਮ ਕੇ ਆਇਆ ਹਾਂ। ਅਤੇ ਵਧੀਆ ਜੀ, ਜੇ ਵਿਊ ਦੇਖਣਾ ਆ ਤਾਂ ਵਿਊ ਲਈ ਵਧੀਆ ਆ, ਫੈਮਿਲੀ ਨਾਲ ਆਉਣ ਲਈ ਵੀ ਵਧੀਆ, ਘੁੰਮਣ ਲਈ ਐਨ ਸੈਰ ਸਪਾਟਾ, ਫੈਮਿਲੀ ਨਾਲ ਆਉਣ ਲਈ ਵਧੀਆ। ਜੇ ਇੱਥੇ ਜਿਹੜਾ ਲਿਉਟਨ ਸ਼ਹਿਰ ਆ, ਇੱਥੇ ਛੁੱਪਾ ਛੁੱਪਾ ਵੀ ਆ ਘੁੰਮਣ ਲਈ, ਬਹੁਤ ਵਧੀਆ ਸਥਾਨ ਆ ਜੀ। ਜੇ ਦੇਖੂੰਗੇ ਸਾਰੇ ਪਾਸੇ ਹਰਿਆਲੀ, ਅਤੇ ਪਹਾੜੀਆਂ 'ਤੇ ਚੜ੍ਹਨ ਨੂੰ ਵੀ ਬਹੁਤ ਵਧੀਆ, ਉੱਪਰ ਜਾ ਕੇ ਲੋਕੇਸ਼ਨਾਂ ਵੀ ਬਹੁਤ ਵਧੀਆ, ਤੁਹਾਡੇ ਵੀਡੀਓ ਲਈ ਰੀਲ ਲਈ ਬਹੁਤ ਵਧੀਆ ਲੋਕੇਸ਼ਨ ਆ ਜੀ। ਸਾਰੇ ਜਾਣੇ ਆ ਕੇ, ਜਿਹੜਾ ਵੀ ਮੇਰਾ ਭੈਣ ਭਰਾ ਸੁਣੂਗਾ ਤਾਂ ਜ਼ਰੂਰ ਆਇਓ ਅਤੇ ਦੇਖਿਓ ਜ਼ਰੂਰ। ਅਤੇ ਹੁਣ ਆਪਾਂ ਫਿਰ ਇਹਦੇ 'ਚ ਬੈਠਣ ਲੱਗੇ ਆ, ਤਾਂ ਤੁਹਾਨੂੰ ਦੱਸ ਦੇ ਕਿੱਦਾਂ ਦਾ। ਲਓ ਜੀ, ਬੜੇ ਨਜ਼ਾਰੇ ਆਉਣ ਡਿਆ ਆ ਨਾਲ, ਅਤੇ ਵਧੀਆ ਸਫ਼ਰ ਹੋਣ ਡਿਆ ਆ। ਤਾਂ ਦੇਖੋ ਕਿੰਨਾ ਵਧੀਆ ਲੱਗਦਾ ਆ, ਵਿਊ ਕਿੰਨਾ ਸੋਹਣਾ ਆ। ਅਤੇ ਤੁਹਾਨੂੰ ਦੱਸਿਆ ਜਦੋਂ ਪਹਿਲਾਂ ਇੱਥੇ ਜਦੋਂ ਉਹਨਾਂ ਨੇ 1990 'ਚ ਉਦਘਾਟਨ ਕੀਤਾ ਸੀਗਾ, ਹੈ ਨਾ, ਪਹਿਲਾਂ ਉਹਨਾਂ ਨੇ ਛੱਡੀਆਂ ਸੀਗੀਆਂ ਕਾਰਾਂ ਇਹਦੇ 'ਤੇ, ਪਾਣੀ ਵਾਲੀਆਂ ਛੱਡੀਆਂ ਸੀਗੀਆਂ, ਪਾਣੀ ਦੇ ਪ੍ਰੈਸ਼ਰ ਨਾਲ ਉਹ ਵੀ ਚੱਲਦੀਆਂ ਸੀਗੀਆਂ। ਜਿਹੜਾ ਇਹ ਵਾਲਾ ਸ਼ੁਰੂ ਹੋਇਆ ਆ, ਪਹਿਲਾਂ ਸਮਾਨ ਸਮੂਨ ਢੋਂਦੇ ਹੁੰਦੇ ਸੀਗੇ, ਜਿੰਨਾ ਵੀ ਹੋਇਆ ਜਦੋਂ ਸਮਾਨ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀਗੇ, ਨਾਲ ਇੱਥੇ ਭਰ ਕੇ ਥੱਲੇ ਨੂੰ ਲੈ ਕੇ ਜਾਂਦੇ ਸੀਗੇ। ਜਦੋਂ ਜਿਹੜਾ ਥੱਲੇ ਵੀ ਪਿੰਡ ਵਸਿਆ ਆ, ਹੈ ਨਾ, ਬੜੀ ਦੂਰ ਤੱਕ ਘੁੰਮਣ ਨੂੰ ਜਾਂਦਾ ਆ, ਤਾਂ ਕਰਕੇ ਉਹਨਾਂ ਨੇ ਕਨੈਕਸ਼ਨ ਬਣਾਇਆ ਸੀਗਾ ਕਿ ਉੱਪਰਲੇ ਪਿੰਡਾਂ ਨਾਲ ਵੀ ਇਹ ਜੋੜਿਆ ਜਾ ਸਕੇ। ਅਤੇ ਥੱਲੇ ਜਾ ਕੇ ਇੱਧਰ ਪਿੱਛੇ ਸ਼ਿਪ ਆਉਂਦੇ ਆ, ਸਾਰਾ ਕੁਛ ਉੱਧਰ ਲੱਗਦੇ ਆ, ਪਰਲੇ ਬੰਨੇ ਸ਼ਿਪ ਵੀ ਇੱਥੇ ਸਮਾਨ ਢੋਂਦੇ ਹੁੰਦੇ ਸੀਗੇ। ਅਤੇ ਪਾਣੀ ਨਾਲ ਚੱਲਣ ਵਾਲੀ ਟ੍ਰੇਨ ਆ ਜੀ, ਫਿਰ ਤੁਹਾਨੂੰ ਦੱਸ ਦੇਵਾਂ, 133 ਸਾਲ ਹੋ ਗਏ ਆ ਇਹਨੂੰ ਚੱਲਦੇ ਨੂੰ। ਅਤੇ 1947 'ਚ ਇਹ 'ਚ ਯਾਤਰੀ ਲਿਜਾਣੇ ਸ਼ੁਰੂ ਕੀਤੇ ਸੀਗੇ, ਉਹਨਾਂ ਨੇ ਟ੍ਰੇਨ ਬਣਾ ਦਿੱਤੀ ਸੀ ਪਹਿਲਾਂ ਕਾਰਾਂ 'ਚ,
ਬਣਾ ਕੇ ਸਮਾਨ ਢੋਦੇ ਹੁੰਦੇ ਸੀਗੇ ਕਾਰਾਂ 'ਚ ਲੈ ਕੇ ਜਾਂਦੇ ਹੁੰਦੇ ਸੀਗੇ ਰੱਖ ਕੇ ਜੇ ਪਹਿਲਾਂ ਚਲਾਈ ਸੀਗੀ ਉਦੋਂ ਇੱਥੇ ਕਾਰਾਂ ਚਲਾਈਆਂ ਸੀਗੀਆਂ ਉਹਨਾਂ ਨੇ ਇਸੇ ਟਰੈਕ ਦੇ ਵਿੱਚ ਦੇਖੋ ਕਿੰਨਾ ਵਧੀਆ ਆ ਨਜ਼ਾਰਾ ਦੇਖਣ ਵਾਲਾ ਦੇਖਿਓ ਤੁਸੀਂ ਵੀ ਸਾਰੇ ਜਾਣੇ ਆਪਣੇ ਆ ਕੇ ਫੈਮਿਲੀ ਨਾਲ ਜ਼ਰੂਰ ਦੇਖਿਓ ਅਤੇ ਵਧੀਆ ਤੁਹਾਨੂੰ ਲੱਗੂਗਾ ਜੀ ਅਤੇ ਵਧੀਆ ਲੱਗਦਾ ਮੈਨੂੰ ਵੀ ਵਧੀਆ ਲੱਗਦਾ ਅਤੇ ਜਿਹੜਾ ਬੰਦਾ ਮੈਂ ਤੁਹਾਨੂੰ ਦੱਸਿਆ ਸੀਗਾ ਜਿਹਨੇ ਪਲੈਨ ਕੀਤਾ ਸੀਗਾ ਉਹਨੇ ਲਾਗੇ ਲਾਗੇ ਵਾਲੀਆਂ ਜ਼ਮੀਨਾਂ ਵੀ ਬੰਦੇ ਨੇ ਖਰੀਦ ਲਈਆਂ ਸੀਗੀਆਂ ਅਤੇ ਪਾਰਲੀਮੈਂਟ 'ਚ ਉਹਨਾਂ ਨੇ ਪੈਸਿਆਂ ਦੀ ਕਮੀ ਹੋ ਗਈ ਸੀਗੀ ਅਤੇ ਉਹਨਾਂ ਨੇ ਪਾਰਲੀਮੈਂਟ 'ਚ ਇਹ ਮੁੱਦਾ ਸਾਰਾ ਪਾਸ ਕਰਾ ਕੇ ਅਤੇ ਇੱਥੇ 3 ਸਾਲ ਕੰਮ ਚੱਲਿਆ ਅਤੇ ਬਿਜ਼ਨਸ ਮੈਨੂੰ ਵੀ ਇੱਕ ਨੂੰ ਨਾਲ ਲੈ ਕੇ ਆਉਣਾ ਪਿਆ ਸੀਗਾ ਜਿਹਨੇ ਉਹਨਾਂ ਦੀ ਮਦਦ ਕੀਤੀ ਆ ਅਤੇ ਉਸ ਤੋਂ ਬਾਅਦ ਆ ਡਰਾਈਵਰ ਆਪਣਾ ਭਾਈ ਜਿਹੜਾ ਚਲਾਉਂਦਾ ਹੋਇਆ ਗੱਡੀ ਅਤੇ ਸਾਰੇ ਜਣੇ ਇੰਜੋਏ ਕਰਦੇ ਦੇਖੋ ਕਿੱਦਾਂ ਜਾਣ ਡੇ ਆ ਅਤੇ ਉੱਪਰ ਬਾਈ ਖੜ੍ਹੇ ਆ ਥੱਲੇ ਦੇਖੋ ਕਿੰਨਾ ਵਧੀਆ ਵਿਊ ਕਿੰਨਾ ਵਧੀਆ ਆ ਕਿੰਨਾ ਸੋਹਣਾ ਲੱਗਣ ਡਿਆ ਆ ਹੈ ਨਾ ਪਾਣੀ ਵਾਲੀ ਟ੍ਰੇਨ ਮੈਂ ਤਾਂ ਜਦੋਂ ਸੋਚਿਆ ਨਾ ਅਮੇਜ਼ਿੰਗ ਇਹ ਹੋ ਗਿਆ ਜਦੋਂ ਉੱਥੇ ਜਾ ਕੇ ਦੇਖਿਆ ਵਾਟਰ ਪਰੂਫ ਸਾਰਾ ਪਾਣੀ ਪੈਂਦਾ ਆ ਵਿੱਚ ਸਾਈਡਾਂ 'ਤੇ ਇਹਦੇ ਪੈਪ ਲੱਗੇ ਉਹਦੇ ਪ੍ਰੈਸ਼ਰ ਨਾਲ ਹੀ ਜਾਂਦੀ ਆ ਪਾਣੀ ਦੇ ਪ੍ਰੈਸ਼ਰ ਨਾਲ ਹੀ ਥੱਲੇ ਆਉਂਦੀ ਆ ਅਤੇ ਬ੍ਰੇਕ ਵੀ ਜੀ ਬ੍ਰੇਕਾਂ ਵੀ ਸਾਰਾ ਕੁਛ ਪਾਣੀ ਨਾਲ ਹੀ ਆ ਤੁਸੀਂ ਇਹਦਾ ਨਿਊਟਨ ਸਰਚ ਕਰਕੇ ਵੀ ਦੇਖ ਸਕਦੇ ਆ ਆਪਣਾ ਵਧੀਆ ਆ ਜੀ ਅਤੇ ਸਾਰੇ ਜਣੇ ਆਓ ਫੈਮਿਲੀ ਨਾਲ ਲਓ ਨਜ਼ਾਰੇ ਤਾਂ ਦੇਖੋ ਕਿੱਦਾਂ ਜਿਹੜੇ ਉੱਪਰ ਨੂੰ ਜਾਣ ਵਾਲੇ ਆ ਤਾਂ ਕਿੱਦਾਂ ਲਾਈਨਾਂ 'ਚ ਲੱਗ ਕੇ ਖੜ੍ਹੇ ਆ ਸਾਰੇ ਜਣੇ ਲਓ ਜੀ ਆਪਾਂ ਤਾਂ ਘੁੰਮ ਕੇ ਆ ਗਏ ਆ ਤੁਸੀਂ ਵੀ ਜ਼ਰੂਰ ਘੁੰਮਿਓ ਦੇਖੋ ਆਹ ਦੇਖੋ ਪਾਣੀ 'ਤੇ ਜਲਣ ਵਾਲੀ ਟ੍ਰੇਨ ਆ ਜੀ 3 ਸਦੀਆਂ ਹੋ ਗਈਆਂ ਜੀ 3 ਸਦੀਆਂ ਇਹਨੂੰ ਜਿਹੜੀਆਂ ਚੱਲਦੀ ਨੂੰ ਜਿਹੜੀ ਲਗਾਤਾਰ ਚੱਲਣ ਡਈ ਆ 1887 ਨੂੰ ਸਟਾਰਟ ਹੋਇਆ ਤਾਂ ਕੰਮ ਇਹਦਾ ਅਤੇ 90 ਨੂੰ 1800 ਨੂੰ ਤਿਆਰ ਹੋ ਗਈ ਸੀਗੀ 7 ਅਪ੍ਰੈਲ ਨੂੰ ਚੱਲਣੀ ਸਟਾਰਟ ਹੋ ਗਈ ਸੀਗੀ ਅਤੇ 3 ਸਦੀਆਂ ਹੋ ਗਈਆਂ 1887 19 ਲਾ ਲਓ 20 ਲਾ ਲਓ ਆ 20 ਚੱਲਦੀ ਆ 3ਜੀ ਸਦੀ ਚੱਲਦੀ ਆ ਜੀ 3ਜੀ ਸਦੀ ਟ੍ਰੇਨ ਨੂੰ ਚੱਲਦੇ ਨੂੰ ਤੁਸੀਂ ਯੂ ਵੀ ਜ਼ਰੂਰ ਇਹਦਾ ਸਫ਼ਰ ਕਰਕੇ ਦੇਖਿਓ ਬਹੁਤ ਵਧੀਆ ਆ ਜੀ ਅਤੇ ਬਹੁਤ ਸੋਹਣੀ ਆ ਸਫ਼ਰ ਕਰਨ ਨੂੰ ਬਹੁਤ ਵਧੀਆ ਆ ਸਾਰੀ ਫੈਮਿਲੀ ਨਾਲ ਆ ਕੇ ਦੇਖਿਓ ਸਾਰਾ ਇਲਾਕਾ ਘੁੰਮਣ ਵਾਲਾ ਆ ਇਹਨਾਂ ਨੇ ਬਣਾਇਆ ਹੀ ਇਸ ਹਿਸਾਬ ਨਾਲ ਆ ਕਿ ਸਾਰੇ ਇੱਥੇ ਲੋਕ ਆ ਕੇ ਬਾਹਰੋਂ ਘੁੰਮਣ ਲਿਟਲ ਸਵਿਟਜ਼ਰਲੈਂਡ ਇਹਨੂੰ ਕਹਿੰਦੇ ਆ ਜੀ ਘੁੰਮਣ ਨੂੰ ਕਈ ਇਹਨੂੰ ਅਵਾਰਡ ਵੀ ਮਿਲੇ ਆ ਇਹਦਾ ਤੁਸੀਂ ਆਪਣਾ ਲਿਟਨ ਦਾ ਪਾ ਕੇ ਗੂਗਲ 'ਤੇ ਵੀ ਚੈੱਕ ਕਰ ਸਕਦੇ ਤੁਹਾਨੂੰ ਪਤਾ ਲੱਗ ਜਾਣਾ ਆ ਇੰਗਲੈਂਡ ਦੇ ਵਿੱਚ ਆ ਜੀ ਸਾਰਿਆਂ ਦਾ ਤੁਹਾਡਾ ਮੇਰਾ ਵੀਡੀਓ ਦੇਖਣ ਦਾ ਧੰਨਵਾਦ ਮੇਰੇ ਫੇਸਬੁੱਕ ਚੈਨਲ DC ਨਾਓ ਅਤੇ ਯੂਟਿਊਬ ਵੀ ਤੁਸੀਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਤੇ ਦੱਸਿਓ ਕਿੱਦਾਂ ਦੀ ਵੀਡੀਓ ਬਣੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਦੇਖਣ ਵਾਲਿਆਂ ਦਾ।